ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਯੂਕੇ ਲੈ ਚੱਲਦੇ ਹਾਂ, ਜਿੱਥੇ ਯੂਕੇ ਦੇ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਇੱਕ ਵੱਡੀ ਰੈਲੀ ਕੀਤੀ ਹੈ। ਸ਼ਨੀਵਾਰ ਨੂੰ ਦੇਸ਼ ਭਰ ਦੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਹਜ਼ਾਰਾਂ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਰੈਲੀਆਂ ਦਾ ਆਯੋਜਨ ਕੀਤਾ। ਬੈਲਫਾਸਟ, ਬਰਮਿੰਗਮ, ਕਾਰਡਿਫ, ਗਲਾਸਕੋ ਅਤੇ ਲੰਡਨ ਸਮੇਤ ਕਈ ਸ਼ਹਿਰਾਂ ਵਿੱਚ ਲੋਕ ਸੜਕਾਂ 'ਤੇ ਉੱਤਰ ਆਏ ਅਤੇ ਇਤਿਹਾਸਕ ਜੋ ਇੱਕ ਵੱਡੀ ਰੈਲੀ ਇੱਥੇ ਹੋਈ ਹੈ। ਹਿੰਸਕ ਵਿਗਾੜ ਦੇ ਇੱਕ ਹਫ਼ਤੇ ਤੋਂ ਬਾਅਦ ਇਹ ਵੱਡੀ ਰੈਲੀ ਹੋਈ ਹੈ, ਜਿਸ ਵਿੱਚ ਪਨਾਹ ਮੰਗਣ ਵਾਲਿਆਂ ਦੀ ਰਿਹਾਇਸ਼ ਅਤੇ ਹੋਟਲ 'ਤੇ ਹਮਲਾ, ਦੁਕਾਨਾਂ ਦੀ ਲੁੱਟ ਸ਼ਾਮਲ ਸੀ, ਜਿਸ ਨੂੰ ਇੱਕ ਝੂਠੀ ਅਫਵਾਹ ਦੁਆਰਾ ਫੈਲਾਇਆ ਗਿਆ ਸੀ, ਭੜਕਾਇਆ ਗਿਆ ਸੀ। ਸਾਊਥਪੋਰਟ ਤੀਰੇ ਕਤਲ ਦਾ ਸ਼ੱਕੀ ਇੱਕ ਮੁਸਲਮਾਨ ਵਿਅਕਤੀ ਦੱਸਿਆ ਜਾ ਰਿਹਾ, ਜੋ ਸ਼ਰਨ ਮੰਗਣ ਵਾਲਾ ਸੀ ਇੰਗਲੈਂਡ ਦੇ ਵਿੱਚ। ਰਾਸ਼ਟਰੀ ਪੁਲਿਸ ਮੁਖੀ ਦੇ ਕੌਂਸਲ NPCC ਨੇ ਕਿਹਾ ਕਿ ਪੁਲਿਸ ਨੇ ਦੰਗਿਆਂ ਦੇ ਸੰਬੰਧ ਵਿੱਚ ਹੁਣ ਤੱਕ 779 ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿੱਚੋਂ 349 ਲੋਕ ਦੋਸ਼ੀ ਵੀ ਠਹਿਰਾਏ ਜਾ ਚੁੱਕੇ ਨੇ। ਪ੍ਰਧਾਨ ਮੰਤਰੀ ਸਰ ਕੀਰਸ ਸਟਾਰਮਰ ਨੇ ਦੱਸਿਆ ਕਿ ਦੰਗਿਆਂ ਪ੍ਰਤੀ ਸਰਕਾਰ ਦੇ ਜਵਾਬ 'ਤੇ ਧਿਆਨ ਕੇਂਦਰਿਤ ਕਰਨਾ ਜਾਰੀ ਹੈ ਅਤੇ ਪਰਿਵਾਰ ਗਰਮੀਆਂ ਦੀਆਂ ਛੁੱਟੀਆਂ ਜਿੱਥੇ ਮਨਾ ਰਹੇ ਨੇ ਉਸ ਵਿੱਚ ਵੀ ਕਿਤੇ ਨਾ ਕਿਤੇ ਦੇਰੀ ਕੀਤੀ ਗਈ ਹੈ। ਯੂਕੇ ਵਿੱਚ ਦੰਗੇ ਕਿਉਂ ਹੋ ਰਹੇ ਨੇ? ਦੰਗੇ ਭੜਕਾਉਣ ਦੇ ਇਲਜ਼ਾਮ ਵਾਲੀ ਜਿੱਥੇ ਵੱਡੀਆਂ ਖਬਰਾਂ ਹੁਣ ਬਾਹਰ ਨਿਕਲ ਕੇ ਆਉਣ ਲੱਗ ਗਈਆਂ, ਉੱਥੇ ਹੀ ਕਾਰਡਿਫ, ਬਰਮਿੰਗਮ, ਨਾਰਵਿਚ, ਪੈਨਜੀਸ, ਸਾਊਥ ਪੋਰਟ ਅਤੇ ਸ਼ੇਅਰਬਰੀ ਅਤੇ ਕਾਰਸਿਲਸਲ, ਹੈਸਟਿੰਗ, ਕੈਮਬ੍ਰਿਜ ਅਤੇ ਡੋਵੋਨ ਦੇ ਵਿੱਚ ਸ਼ਨੀਵਾਰ ਨੂੰ ਸੈਂਕੜੇ ਨਸਲਵਾਦੀ ਵਿਰੋਧੀ ਪ੍ਰਦਰਸ਼ਨ ਜਿੱਥੇ ਹੋਏ ਇਸ ਵਿੱਚ ਭਾਰੀ ਘੱਟ ਹੋਏ। ਬੈਲਫਾਸਟ ਦੇ ਵਿੱਚ ਰਾਈਟਸ ਸਕੁਐਰ ਤੋਂ ਸ਼ੁਰੂ ਹੋਈ ਇੱਕ ਰੈਲੀ ਵਿੱਚ ਕਈ ਲੋਕ ਜੋ ਇਸ ਦਾ ਹਿੱਸਾ ਬਣੇ ਅਤੇ ਕਈ ਪ੍ਰਦਰਸ਼ਨਕਾਰੀਆਂ ਨੇ ਜਿੱਥੇ ਅਸਲ ਨਕਸਲਵਾਦ ਨੂੰ ਨਹੀਂ ਕਹਿੰਦੇ ਵਾਲੇ ਚਿੰਨ੍ਹ ਵੀ ਜਿੱਥੇ ਲਹਿਰਾਏ। ਅਤੇ ਉੱਥੇ ਦੱਸ ਦਈਏ ਕਿ ਆਯੋਜਕਾਂ ਯੂਨਾਈਟਿਡ ਅੰਗੇਸਟ ਰਿਜ਼ਮ ਨੇ ਕਿਹਾ ਹੈ ਕਿ ਇਸ ਸਮਾਗਮ ਦਾ ਇਰਾਦਾ ਹਾਲ ਦੇ ਦਿਨਾਂ ਵਿੱਚ ਨਕਸਲਵਾਦੀ ਹਿੰਸਾ ਦਾ ਸ਼ਾਂਤਮਈ ਜਵਾਬ ਸੀ। ਇਹ ਸਾਡੀਆਂ ਗਲੀਆਂ ਨੇ, ਅਸੀਂ ਇਹਨਾਂ ਵਿੱਚ ਨਕਸਲਵਾਦੀ ਤਾਕਤਾਂ ਦੇ ਸਾਹਮਣੇ ਨਹੀਂ ਮੰਨਾਂਗੇ ਜੋ ਸਾਨੂੰ ਵੰਡਣਾ ਚਾਹੁੰਦੇ ਨੇ। ਮੁਹਿੰਮ ਦੇ ਵਿੱਚ ਜਿੱਥੇ ਕਈ ਲੋਕ ਇੱਥੇ ਇਕੱਠੇ ਹੋਏ, ਲੰਡਨ ਵਿੱਚ ਲਗਭਗ 500 ਲੋਕਾਂ ਨੇ ਸ਼ਰਨਾਰਥੀਆਂ ਦੇ ਸਮਰਥਨ ਵਿੱਚ ਜਿੱਥੇ ਵਾਈਟ ਹਾਲ ਵੱਲ ਮਾਰਚ ਕੀਤਾ। ਇਹ ਮਾਰਚ ਰਾਜਨੀਤਿਕ ਪਾਰਟੀ ਰੀਫਾਰਮ UK ਹੈੱਡਕੁਆਰਟਰ ਤੋਂ ਸ਼ੁਰੂ ਹੋਇਆ, ਜਿਸ ਦੇ ਨੇਤਾ ਨਾਈਜ਼ੇਲ ਫਰੇਜ਼ ਨੇ ਇਮੀਗ੍ਰੇਸ਼ਨ ਅਤੇ ਫਰੀਜ਼ ਦੀ ਵਕਾਲਤ ਕੀਤੀ ਹੈ। ਸੈਂਕੜੇ ਨਕਸਲਵਾਦੀ ਵਿਰੋਧੀ ਪ੍ਰਦਰਸ਼ਨ ਜਿੱਥੇ ਨਿਊਕੈਸਲ ਵਿੱਚ ਇਕੱਠੇ ਹੋਏ, ਜਦੋਂ ਕਿ ਨੇੜਲੇ ਬਿਗ ਮਾਰਕੀਟ ਖੇਤਰ ਵਿੱਚ ਥੋੜ੍ਹੇ ਜਿਹੇ ਪ੍ਰਵਾਸੀ ਵਿਰੋਧੀ ਪ੍ਰਦਰਸ਼ਨ ਵਿੱਚ ਇਕੱਠੇ ਹੋਏ। ਪੁਲਿਸ ਨੇ ਕਿਹਾ ਕਿ ਉਹਨਾਂ ਨੇ 14 ਗ੍ਰਿਫਤਾਰੀਆਂ ਕੀਤੀਆਂ ਨੇ, ਜਿਸ ਵਿੱਚ ਇੱਕ ਅਪਰਾਧਜਨਕ ਹਥਿਆਰ ਰੱਖਣ, ਕਲਾਸ B ਡਰੱਗ ਰੱਖਣ ਅਤੇ ਕੁਝ ਆਦੇਸ਼ਾਂ ਦੇ ਪਾਲਣਾ ਕਰਨ ਵਿੱਚ ਅਸਫਲਤਾ ਸ਼ਾਮਲ ਹੈ। ਗ੍ਰਿਫਤਾਰੀਆਂ ਵਿੱਚੋਂ ਕੋਈ ਵੀ ਗੜਬੜ ਜਾਂ ਹਿੰਸਕ ਅਪਰਾਧ ਨਹੀਂ ਸੀ। ਗਲਾਸਕੋ, ਐਨਡਬਰਗ, ਡੂਡੀ ਅਤੇ ਡੰਫਰਾਈਜ਼ ਵਿੱਚ ਪ੍ਰਦਰਸ਼ਨਕਾਰੀਆਂ ਨੇ ਨਕਸਲਵਾਦ ਵਿਰੋਧੀ ਪ੍ਰਦਰਸ਼ਨ ਵਿੱਚ ਸਕਾਟਲੈਂਡ ਦੇ ਅੰਦਰ ਜਿੱਥੇ ਭਾਰੀ ਇਕੱਠ ਕੀਤਾ। ਉੱਥੇ ਦੱਸ ਦਈਏ ਕਿ NPCC ਨੇ ਕੁਝ ਮਾਰ ਅਧਿਕਾਰੀਆਂ ਨੇ ਕਿਹਾ ਕਿ ਵਿਗਾੜ ਦੇ ਸੰਬੰਧ ਵਿੱਚ ਸ਼ੱਕੀ ਆਨਲਾਈਨ ਅਪਰਾਧੀਆਂ ਦਾ ਪਿੱਛਾ ਕਰਨ ਦਾ ਕੰਮ ਉਹਨਾਂ ਨੂੰ ਜਿੱਥੇ ਸੌਂਪਿਆ ਗਿਆ। ਨਾਲ ਹੀ ਅਖੌਤੀ ਪ੍ਰਭਾਵ ਜੋ ਉਹ ਕਹਿਣਾ ਚਾਹੁੰਦੇ ਨੇ, ਵੱਡੇ ਪੱਧਰ 'ਤੇ ਨਫ਼ਰਤ ਫੈਲਾਉਣ ਵਾਲੇ, ਜੋ ਹਿੰਸਾ ਫੈਲਾਉਣ ਵਾਲੇ ਨੇ, ਉਹ ਜ਼ਿਆਦਾ ਜ਼ਿੰਮੇਵਾਰ ਇਸ ਪੂਰੇ ਮਾਮਲੇ ਦੇ ਵਿੱਚ ਦੱਸੇ ਜਾ ਰਹੇ ਨੇ।
ਇਸ ਵਿੱਚ ਕਿਹਾ ਗਿਆ ਕਿ ਦੇਸ਼ ਭਰ ਵਿੱਚ ਟੀਮਾਂ, ਸੈਂਕੜੇ ਲੀਡਰ ਇਸ ਚੀਜ਼ ਦੀ ਜਾਂਚ ਕਰ ਰਹੀਆਂ ਨੇ। 2 ਹਫ਼ਤੇ ਤੋਂ ਘੱਟ ਸਮੇਂ ਵਿੱਚ ਦੰਗਾਕਾਰੀਆਂ ਲਈ ਸੈਂਕੜੇ ਗ੍ਰਿਫਤਾਰੀਆਂ ਅਤੇ ਦੋਸ਼ਾਂ ਤੋਂ ਬਾਅਦ ਕੁਝ ਸਾਲਾਂ ਦੀ ਜਿੱਥੇ ਜੇਲ੍ਹ ਤੱਕ ਦੀ ਸਜ਼ਾ ਤੇਜ਼ੀ ਨਾਲ ਸੁਣਾਈ ਜਾ ਰਹੀ ਹੈ। ਅਤੇ ਉੱਥੇ ਦੱਸ ਦਈਏ ਕਿ ਕੇਸਾਂ ਵਿੱਚ 16 ਸਾਲ ਦਾ ਇੱਕ ਬੱਚਾ ਵੀ ਸ਼ਾਮਿਲ ਹੈ, ਜਿਸਨੇ ਪਿਛਲੇ ਹਫ਼ਤੇ ਲਿਵਰਪੂਲ ਵਿੱਚ 15,000 ਯੂਰੋ ਦੀ ਜਿੱਥੇ ਵੈਪ ਚੋਰੀ ਕਰਨ ਅਤੇ ਇੱਕ ਐਮਰਜੈਂਸੀ ਕਰਮਚਾਰੀ 'ਤੇ ਹਮਲਾ ਕਰਨ ਅਤੇ ਇੱਕ ਪੁਲਿਸ ਕਾਰ ਤੋੜਨ ਨੂੰ ਜਿੱਥੇ ਸਵੀਕਾਰ ਵੀ ਕੀਤਾ ਸੀ। ਗ੍ਰੇਟਰ ਮੈਨਚੈਸਟਰ ਦੇ ਵਿੱਚ 8 ਲੋਕਾਂ ਨੂੰ ਸ਼ੁੱਕਰਵਾਰ ਨੂੰ ਹਿੰਸਕ ਵਿਗਾੜ ਦੇ ਦੋਸ਼ਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਕ 'ਤੇ ਲੁੱਟ ਖੋਹ ਦਾ ਦੋਸ਼ ਸੀ। ਦੋਸ਼ੀਆਂ ਦੀ ਉਮਰ 13 ਤੋਂ 46 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਹਾਲ ਹੀ ਵਿੱਚ 6 ਲੋਕ ਗੜਬੜ ਦੇ ਸੰਬੰਧ ਵਿੱਚ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤੇ ਗਏ। 13 ਸਾਲ ਦੇ ਲੜਕੇ ਅਤੇ 17 ਸਾਲ ਦੀ ਇੱਕ ਲੜਕੀ ਦੇ ਉੱਪਰ ਇਹ ਦੋਸ਼ ਲਗਾਏ ਗਏ ਨੇ। 31 ਜੁਲਾਈ ਨੂੰ ਐਲਡਰ ਸ਼ੋਟ ਵਿੱਚ ਸ਼ਰਨ ਮੰਗਣ ਵਾਲੇ ਇੱਕ ਹੋਟਲ ਦੇ ਬਾਹਰ ਪ੍ਰਦਰਸ਼ਨ ਤੋਂ ਬਾਅਦ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ 7 ਲੋਕਾਂ ਦੇ ਉੱਪਰ ਵੀ ਦੋਸ਼ ਲੱਗੇ ਨੇ। ਬੁੱਧਵਾਰ 7 ਅਗਸਤ ਤੱਕ ਹਿੰਸਾ ਕਾਫ਼ੀ ਹੱਦ ਤੱਕ ਸ਼ਾਂਤ ਹੋ ਗਈ ਸੀ, ਜਦੋਂ ਹਜ਼ਾਰਾਂ ਪ੍ਰਦਰਸ਼ਨਕਾਰੀ ਸ਼ਰਨਾਰਥੀਆਂ ਦਾ ਸਵਾਗਤ ਕਰਨ ਦੇ ਨਾਅਰੇ ਲਾਉਣ ਲੱਗ ਪਏ ਸਨ। ਸਰ ਕੀਰ ਸਟਾਰਮਰ ਨੇ ਕਿਹਾ ਕਿ ਹੁਣ ਉਹਨਾਂ ਦਾ ਮੰਨਣਾ ਹੈ ਕਿ ਪੁਲਿਸ ਦੀ ਵੱਧ ਰਹੀ ਮੌਜੂਦਗੀ ਅਤੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦਾ ਪ੍ਰਭਾਵ ਪਿਆ, ਪਰ ਉਸਦਾ ਸੰਦੇਸ਼ ਉੱਚ ਚੇਤਾਵਨੀ 'ਤੇ ਰਹਿਣ ਦਾ ਸੀ, ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਭਾਈਚਾਰੇ ਸੁਰੱਖਿਅਤ ਨੇ ਅਤੇ ਸੁਰੱਖਿਅਤ ਹਨ ਅਤੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਨੇ। ਪ੍ਰਧਾਨ ਮੰਤਰੀ ਨੇ ਦੰਗਾਕਾਰੀਆਂ ਪ੍ਰਤੀ ਸਰਕਾਰ ਦੇ ਜਵਾਬ ਦੇ ਕੇਂਦਰਿਤ ਕਰਨ ਲਈ ਪਰਿਵਾਰਕ ਗਰਮੀਆਂ ਦੀਆਂ ਛੁੱਟੀਆਂ ਵਿੱਚ ਦੇਰੀ ਕੀਤੀ ਹੈ ਅਤੇ ਉਹ ਅਗਲੇ ਹਫ਼ਤੇ ਜਿੱਥੇ ਡਾਊਨਿੰਗ ਸਟਰੀਟ ਤੋਂ ਚੈਕਰਾਜ ਤੋਂ ਕੰਮ ਕਰਨ ਦੀ ਉਮੀਦ ਕਰ ਰਹੇ ਨੇ। ਹਿੰਸਾ ਦੀ ਜਿੱਥੇ ਪੁਲਿਸ ਕੀ ਉਪਾਅ ਕਰ ਰਹੀ, ਇਸ ਬਾਰੇ ਵੀ ਗੱਲਬਾਤ ਕਰ ਲਈ। ਯੋਜਨਾਬੰਧ ਵਿਰੋਧ ਪ੍ਰਦਰਸ਼ਨਾਂ ਨੂੰ ਦਿੱਤੇ ਗਏ ਹਫ਼ਤੇ ਦੇ ਅੰਤ ਵਿੱਚ ਵਧੇਰੇ ਸੰਭਾਵਿਤ ਅਸ਼ਾਂਤੀ ਲਈ ਪੁਲਿਸ ਨੂੰ ਤਿਆਰ ਕੀਤਾ ਗਿਆ। ਸ਼ਨੀਵਾਰ ਨੂੰ ਜਿੱਥੇ 16 ਵਜੇ ਸ਼ੁਰੂ ਹੋਏ ਇਸ ਕਾਰਜਕ੍ਰਮ ਦੇ ਵਿੱਚ, ਸ਼ਨੀਵਾਰ ਨੂੰ 5 ਵਜੇ ਸ਼ੁਰੂ ਹੋਣ ਵਾਲੇ ਇਸ ਫਲਾਅ ਦੇ ਆਰਡਰ ਲਿਵਰਪੂਲ ਵਿੱਚ ਵਿਗਾੜ ਦੀਆਂ ਘਟਨਾ ਤੋਂ ਬਾਅਦ ਲਾਗੂ ਕੀਤਾ ਗਿਆ। ਇਹ ਹੁਕਮ ਪੁਲਿਸ ਨੂੰ ਅਪਰਾਧਿਕ ਗਤੀਵਿਧੀਆਂ ਦੇ ਸ਼ੱਕੀ ਜਾਂ ਇਸ ਵਿੱਚ ਸ਼ਾਮਲ ਲੋਕਾਂ ਨੂੰ 48 ਘੰਟੇ ਦੇ ਅੰਦਰ ਅੰਦਰ ਖੇਤਰ ਛੱਡਣ ਅਤੇ ਵਾਪਸ ਆਉਣ 'ਤੇ ਉਹਨਾਂ ਦੀ ਗ੍ਰਿਫਤਾਰੀ ਦੀ ਆਗਿਆ ਦਿੱਤੀ ਗਈ ਅਤੇ ਪੁਲਿਸ ਨੇ ਪਹਿਲਾਂ ਹੀ ਧਾਰਾ 60 ਲਾਗੂ ਕਰ ਦਿੱਤੀ ਸੀ, ਜੋ 11 ਵਜੇ ਤੋਂ ਲੈ ਕੇ ਅਗਲੇ 9 ਵਜੇ ਤੱਕ ਜਿੱਥੇ ਹਿੰਸਾ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਵਿਅਕਤੀਗਤ ਤੌਰ 'ਤੇ ਜੋ ਰੋਕਣ ਲਈ ਤਲਾਸ਼ੀਆਂ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਆਂਢ ਗੁਆਂਢ ਦੇ ਵਿੱਚ ਪੁਲਿਸ ਇੰਸਪੈਕਟਰ ਕ੍ਰਿਸਟੇਲ ਨੇ ਕਿਹਾ ਕਿ ਦੋਵੇਂ ਆਦੇਸ਼ਾਂ ਜਨਤਾ ਨੂੰ ਸੁਰੱਖਿਅਤ ਰੱਖਣ ਦੇ ਮਦਦ ਕਰਨ ਲਈ ਸਾਡੇ ਨਿਪਟਾਰੇ ਵਿੱਚ ਵਾਧੂ ਸਾਧਨ ਸਨ ਅਤੇ ਬਹੁਤ ਜ਼ਿਆਦਾ ਦਿਖਾਈ ਦੇਣ ਵਾਲੇ ਪੁਲਿਸ ਗਸ਼ਤ ਅਗਲੇ 48 ਘੰਟਿਆਂ ਵਿੱਚ ਉਹਨਾਂ ਨੂੰ ਲਾਗੂ ਕਰਨਗੇ। ਨੇਬਰਹੁੱਡ ਪੁਲਿਸਿੰਗ ਇੰਸਪੈਕਟਰ ਕ੍ਰਿਸਟੇਲ ਨੇ ਇਹ ਗੱਲ ਸਾਰਿਆਂ ਦੇ ਨਾਲ ਜਿੱਥੇ ਸਾਂਝੀ ਕੀਤੀ ਹੈ ਅਤੇ ਉੱਥੇ ਹੀ ਸਾਊਥਪੋਰਟ ਵਿੱਚ ਪਰਿਵਾਰ ਅਜੇ ਵੀ ਸੋਗ ਮਨਾ ਰਹੇ ਨੇ, ਜਿੱਥੇ ਬੇਬੇ ਕਿੰਗ 6 LC. ਸਟੈਨਕੋਮ 7 ਅਤੇ ਐਲਸਡਰਾ ਸਿਲਵਾ ਐਗਰੋ 'ਤੇ 9 ਏਕੜ ਟ੍ਰੇਲਰ ਸਵਿਫਟ ਥੀਮ ਵਾਲੀ ਡਾਂਸ ਕਲਾਸ ਵਿੱਚ ਮਾਰੇ ਗਏ ਸਨ। ਸ਼ਨੀਵਾਰ ਨੂੰ ਬੇਬੇ ਦੇ ਮਾਪਿਆਂ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਖੁਸ਼ੀਆਂ, ਰੌਸ਼ਨੀਆਂ ਅਤੇ ਪਿਆਰ ਦੇ ਨਾਲ ਭਰਪੂਰ ਇਸ ਨੂੰ ਦੱਸਿਆ ਗਿਆ। ਉਹਨਾਂ ਨੇ ਉਸ ਦੀ ਵੱਡੀ ਭੈਣ ਦੀ ਪ੍ਰਸ਼ੰਸਾ ਕੀਤੀ, ਜਿਸ ਨੇ ਉਸ ਦਿਨ ਤੋਂ ਬਾਅਦ ਅਜਿਹੀ ਸ਼ਾਨਦਾਰ ਤਾਕਤ ਅਤੇ ਹਿੰਮਤ ਦਿਖਾਉਣ ਅਤੇ ਹਮਲੇ ਵਿੱਚ ਗਵਾਹੀ ਦਿੱਤੀ ਹੈ। ਅਤੇ ਰਵਾਡਾ ਦੇ ਮਾਪਿਆਂ ਨੇ ਘਰ ਕਾਰਡਿਫ ਵਿੱਚ ਪੈਦਾ ਹੋਏ 18 ਸਾਲ ਦੇ ਐਕਸ਼ਨ ਮੁਗਨਾਵਾ
ਰੁਕਬਾਨਾ ਦੀ 3 ਲੜਕੀਆਂ ਦੇ ਕਤਲ ਦੇ ਅਤੇ 8 ਹੋਰ ਬੱਚਿਆਂ ਦੇ 2 ਬਾਲਗਾਂ ਦੇ ਕਤਲ ਦੀ ਕੋਸ਼ਿਸ਼ ਦਾ ਜਿੱਥੇ ਦੋਸ਼ ਲਗਾਇਆ ਗਿਆ। ਅਤੇ ਉੱਥੇ ਦੱਸਦੇ ਕਿ ਬੈਲਫਾਸਟ ਵਿੱਚ ਲਿੰਡਸੇ ਟੇਫੋਰਡ ਵਿੱਚ ਈਮੀਅਰ ਫਲਾਨਾਗਨਸ, ਨਿਊਕੈਂਸਲ ਵਿੱਚ ਮਾਰਕ ਮੈਕਲਿਨਡ ਅਤੇ ਲਿਵਰਪੂਲ ਦੇ ਵਿੱਚ ਜੈਨ ਸੁਡੇਨ ਕਾਫਿਡ ਅਤੇ ਹੋਰ ਕਈ ਲੋਕ ਜਿੱਥੇ ਇਸ ਦੇ ਉੱਪਰ ਰਿਪੋਰਟਿੰਗ ਵੀ ਕਰ ਰਹੇ ਸਨ। ਅਤੇ ਕਿਤੇ ਨਾ ਕਿਤੇ ਦੱਸਿਆ ਜਾ ਰਿਹਾ ਕਿ ਹੁਣ ਇਸ ਪੂਰੇ ਮਾਮਲੇ ਵਿੱਚ ਪੁਲਿਸ ਨੇ ਸਤਰਕਤਾ ਨੂੰ ਬਹੁਤ ਜ਼ਿਆਦਾ ਵਧਾ ਦਿੱਤਾ, ਜਿਸ ਦੇ ਚੱਲਦਿਆਂ ਹੁਣ ਇੰਗਲੈਂਡ ਦੇ ਹਾਲਾਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬੈਟਰ ਹੋ ਚੁੱਕੇ ਨੇ।